किसी समय गुरु के सिख इन्ने के बलवान होंगे सी, आर्थिक पक्षों इन्ने के बली होंगे सी, भी वह वंडते सी, वह दूजियां नूं भी कहिंदे भी धन दौलत पक्षों अमीर कर दिंदे सी, जिहड़े गरीब कर दिंदे सी। लत्तां हड्डियां काम करनो जां पहलां तो ही पोलियो हो गया सी सारे शरीर नूं। अच्छा, बचपन च पोलियो हो गया सी। हां जी। अच्छा जी। एक खब्बी बांह भी खराब हो गई सी। अच्छा जी। सारी है अख की रोशनी हो गई है। फिर तुसी ताडा है नहीं कोई इत्थे कल्ले ही रहने हो? कल्ले ही रहना मैं ता जी। वाहिगुरु। अच्छा जी। पर सादा बने छोटे वर्गा गुरमुख प्यारा हैगा एक। हां जी। ਤੇ ਉਹ ਕਦੇ ਕਦੇ ਆ ਜਾਂਦਾ ਹੈ। ਅੱਛਾ। ਨਹੀਂ ਆਉਂਦਾ ਫਿਰ ਮੈਂ ਗੁਰਦੁਆਰਾ ਸਾਹਿਬ ਚਲਾ ਜਾਂਦਾ। ਅੱਛਾ, ਮੈਂ ਗੁਰੂ ਘਰੇ ਛੱਡ ਦਿੰਦਾ। ਗੁਰੂ ਘਰੇ ਕਿੱਥੇ ਡਿਊਟੀ ਕਰਦੇ ਹੋ? ਗੁਰੂ ਘਰ ਪਹਿਲਾਂ ਮੈਂ ਡਿਊਟੀ ਕਰਦਾ ਸੀ। ਅੱਛਾ ਜੀ। ਫਿਰ ਮੈਨੂੰ ਕਹਿੰਦੇ ਵੀ ਤੁਸੀਂ ਘਰ ਚ ਪ੍ਰੋਬਲਮ ਕਰਕੇ ਹੈ ਨਾ। ਜੀ ਚਲੋ। ਉਹਨੂੰ ਬਥੇਰੇ ਮਿਹਨਤਦਾਰੀ ਕਰਦੇ, ਮੈਂ ਕਿਹਾ ਵੀ ਤੁਸੀਂ ਮੇਰਾ ਕੁਛ ਤੇ ਕਰੋ। ਹਾਂਜੀ ਬਿਲਕੁਲ। ਕੋਈ ਨਹੀਂ ਸੁਣਾਈ ਕੀਤੀ। ਅੱਛਾ ਜੀ। ਮੈਨੂੰ ਕਹਿੰਦੇ ਵੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇ ਜਾਓ। ਅੱਛਾ, ਕਰੇ ਜਾਓ ਕਹਿੰਦੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਿਆਰੀ ਸਾਧ ਸਿੰਘ ਜੀ ਟਡੋਗਲ ਪਿੰਡ ਖੜੇ ਹੋਏ ਆ, ਜ਼ਿਲ੍ਹਾ ਸੰਗਰੂਰ ਪੈਂਦਾ ਜੀ। ਹਾਂਜੀ ਹਾਂਜੀ। ਸੰਗਰੂਰ ਜ਼ਿਲ੍ਹੇ ਦੇ ਵਿੱਚ ਟਡੋਗਲ ਪਿੰਡ ਆਏ ਆ। ਇਹ ਸਾਡੇ ਪਿਆਰੇ ਗੁਰੂ ਕੇ ਗ੍ਰੰਥੀ ਸਿੰਘ ਨੇ, ਗ੍ਰੰਥੀ ਸਿੰਘ ਦੀ ਇਹਨਾਂ ਨੇ ਗੁਰੂ ਘਰੇ ਕਿੰਨੇ ਸਾਲ ਸੇਵਾ ਜਿਹੜੀ ਡਿਊਟੀ ਨਿਭਾਈ ਹੈ, ਤੇ ਹਾਰ ਕੇ ਜਦੋਂ ਕਿਸੇ ਨੇ ਕਮੇਟੀ ਨੇ ਕਿਸੇ ਨੇ ਵੀ ਇਹਨਾਂ ਦੀ ਬਾਂਹ ਨਹੀਂ ਫੜੀ, ਕਿਉਂਕਿ ਇਹ ਦੋਵੇਂ ਲੱਤਾਂ ਤੋਂ ਵੀ ਅਪਾਹਜ ਨੇ ਤੇ ਇਹਨਾਂ ਦੀ ਬਾਂਹ ਵੀ ਕੰਮ ਨਹੀਂ ਕਰਦੇ। ਆਹ ਟ੍ਰਾਈਸਾਈਕਲ ਤੇ ਜਿਹੜੀ ਹੈ ਵੀ ਇਹ ਗੁਰੂ ਘਰੇ ਸੇਵਾ ਕਰਨ ਜਾਂਦੇ, ਪਰ ਗੁਰੂ ਘਰ ਦੀ ਕੁਛ ਕਮੇਟੀ ਨੇ ਜਾਂ ਲੋਕਾਂ ਨੇ ਵੀ ਮਨ ਚ ਈਰਖਾ ਰੱਖਦੇ ਹੋ ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਗੁਰੂ ਘਰੇ ਸੇਵਾ ਨਹੀਂ ਕਰ ਸਕਦੇ। ਇਸੇ ਲਈ ਹੁਣ ਇੱਥੇ ਇੱਕ ਕਮਰੇ ਵਿੱਚ ਰਹਿੰਦੇ ਨੇ ਇਹ, ਤੇ ਸਾਡੇ ਤੱਕ ਇਹਨਾਂ ਦੀ ਵੀਡੀਓ ਪਹੁੰਚੀ ਸੀ, ਸੋ ਅਸੀਂ ਅੱਜ ਆਨੰਦਪੁਰ ਸਾਹਿਬ ਤੋਂ ਆਏ ਹਾਂ ਮਦਦ ਕਰਨ। ਤੇ ਅਸੀਂ ਹਰ ਮਹੀਨੇ ਇਹਨਾਂ ਦੇ ਕੋਲੇ ਕੁਛ ਇਹਨਾਂ ਨੂੰ ਜੋ ਨਗਦ ਸੇਵਾ ਤੇ ਹਰੇਕ ਮਹੀਨੇ ਜੋ ਇਹਦਾ ਰਾਸ਼ਨ ਦਾ ਖਰਚਾ ਉਹ ਵੀ ਚੱਕਾਂਗੇ। ਬਾਬਾ ਜੀ ਕਿਵੇਂ ਗੁਜ਼ਾਰਾ ਕਿਵੇਂ ਹੁੰਦਾ ਜੀ ਆਪਣਾ? ਗੁਜ਼ਾਰਾ ਬਸ ਜੀ ਇਹ ਤੱਕਾ ਸਟਾਰਟ ਹੈ ਜੀ ਇੱਕ। ਅੱਛਾ ਜੀ। ਹਾਂਜੀ, 1500 ਰੁਪਏ ਸਰਕਾਰ ਵੱਲੋਂ ਜਿਹੜੀ ਪੈਨਸ਼ਨ ਲੱਗੀ ਹੋਈ ਹੈ। ਅੱਛਾ ਜੀ। ਜੇ ਤਾਂ ਆ ਜਾਂਦੀ ਹੈ ਤਾਂ ਤਾਂ ਦਵਾਈ ਬੂਟੀ ਚੱਲ ਜਾਂਦੀ ਹੈ ਜੀ। 1500 ਰੁਪਏ ਨਾਲ ਤਾਂ ਬਹੁਤ ਨਹੀਂ, ਫਿਰ ਬਹੁਤ ਔਖਾ। ਚੋਲੇ ਵੀ ਮਸਤਾਨੇ ਨੇ ਵਾਹਿਗੁਰੂ ਜੀ, ਆ ਸੀਸ ਤੇ ਜਿਹੜੀ ਦਸਤਾਰ ਚੋਲੇ ਤੇ ਦਸਤਾਰਾਂ, ਠੀਕ ਹੈ, ਤੁਹਾਡੇ ਕੋਲੇ ਅਸੀਂ ਪਹੁੰਚਦੇ ਕਰ ਦਿੰਦੇ, ਤੁਸੀਂ ਸਾਨੂੰ ਆਪਣਾ ਸਾਈਜ਼ ਭੇਜ ਦਿਓ, ਲੁਧਿਆਣੇ ਤੋਂ ਸਾਡੇ ਸਿੰਘ ਆ ਕੇ ਤੁਹਾਨੂੰ ਦੇ ਜਾਣਗੇ। ਜੇ ਤੁਸੀਂ ਸਾਨੂੰ ਪਹਿਲਾਂ ਦੱਸ ਦਿੰਦੇ ਤਾਂ ਅੱਜ ਅਸੀਂ ਲੈ ਆਉਂਦੇ ਸੀ, ਠੀਕ ਹੈ ਜੀ? ਸਤਿ ਵਾਹਿਗੁਰੂ। ਕਿਸੇ ਸਮੇਂ ਗੁਰੂ ਕੇ ਸਿੱਖ ਇੰਨੇ ਕੁ ਬਲਵਾਨ ਹੁੰਦੇ ਸੀ, ਆਰਥਿਕ ਪੱਖੋਂ ਇੰਨੇ ਕੁ ਬਲੀ ਹੁੰਦੇ ਸੀ, ਵੀ ਉਹ ਵੰਡਦੇ ਸੀ, ਉਹ ਦੂਜਿਆਂ ਨੂੰ ਵੀ ਕਹਿੰਦੇ ਵੀ ਧਨ ਦੌਲਤ ਪੱਖੋਂ ਅਮੀਰ ਕਰ ਦਿੰਦੇ ਸੀ, ਜਿਹੜੇ ਗਰੀਬ ਕਰ ਦਿੰਦੇ ਸੀ। ਤੇ ਅੱਜ ਗੁਰੂ ਕੇ ਸਿੱਖਾਂ ਦੇ ਆਪਦੀ ਆਰਥਿਕ ਵਿਵਸਥਾ ਇੰਨੀ ਕੁ ਮਾੜੀ ਹੈ ਵੀ ਗੁਰੂ ਘਰ ਦੀ ਕਮੇਟੀਆਂ ਨੇ ਕੀ ਜਾਂ ਗੁਰੂ ਕੇ ਬਾਹਰਲੇ ਸਿੱਖਾਂ ਨੇ ਕਦੇ ਇਹਨਾਂ ਦੀ ਬਾਤ ਨਹੀਂ ਪੁੱਛੀ ਹੈਗੀ। ਚਲੋ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ, ਪਰ ਪੰਜਾਬ 'ਚ ਕੁਛ ਇਹੋ ਜਿਹੀਆਂ ਸੰਸਥਾਵਾਂ ਨੇ ਜਿਹੜੇ ਪੰਜਾਬ ਦਾ ਪੈਸਾ ਇਕੱਠਾ ਕਰਕੇ, ਪੰਜਾਬ ਦੇ ਗੁਰਸਿੱਖ ਐਨਆਰਆਈਆਂ ਦਾ ਪੈਸਾ ਇਕੱਠੇ ਕਰਕੇ ਕਦੇ ਤਾਂ ਉਹ ਨਾਈਜੀਰੀਆ ਚਲੇ ਜਾਂਦੇ ਨੇ, ਕਦੇ ਸਾਊਥ ਅਫਰੀਕਾ ਚਲੇ ਜਾਂਦੇ ਨੇ, ਕਦੇ ਇੰਡੀਆ ਦੇ ਦੂਜੇ ਕੋਨੇ ਚਲੇ ਜਾਂਦੇ ਨੇ ਮਦਦ ਕਰਨ। ਇਹੋ ਜਿਹੇ ਸਾਡੇ ਗੁਰੂ ਕੇ ਗ੍ਰੰਥੀ ਸਿੰਘਾਂ ਦੀ ਕਦੀ ਕਿਸੇ ਨੇ ਸਾਰ ਨਹੀਂ ਲਈ ਹੈਗੀ। ਸੋ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਵੀ ਸਾਡੇ ਗੁਰੂ ਕੇ ਸਿੱਖ ਮਦਦ ਕਰਦੇ ਨੇ ਬਾਹਰੋਂ, ਸੋ ਇਹੋ ਜਿਹੇ ਗੁਰੂ ਕੇ ਗ੍ਰੰਥੀ ਸਿੰਘਾਂ ਦੀ ਮਦਦ ਕਰਿਆ ਕਰੋ, ਤਾਂ ਜੋ ਅਸੀਂ ਆਪਦੇ ਸਿੱਖਾਂ ਨੂੰ, ਆਪਦੀ ਕਮਿਊਨਿਟੀ, ਆਪਦੇ ਪੰਥ ਨੂੰ ਆਰਥਿਕ ਪੱਖੋਂ ਉੱਚਾ ਚੱਕ ਸਕੀਏ। ਠੀਕ ਹੈ ਜੀ। ਅੱਜ ਬਾਬਾ ਜੀ ਤੁਹਾਨੂੰ ਕੁਛ ਅਸੀਂ ਮਾਇਆ ਦੇ ਜਾਂਦੇ ਹਾਂ, ਠੀਕ ਹੈ ਜੀ, ਤੇ ਗਾਂ ਲਈ ਤੁਹਾਨੂੰ ਕਦੇ ਜ਼ਰੂਰਤ ਪਊਗੀ ਹਲੋ ਤਾਂ ਤੁਸੀਂ ਸਾਨੂੰ ਦੱਸ ਦਿਆ ਕਰਨਾ, ਠੀਕ ਹੈ ਜੀ। ਤੁਹਾਡੇ ਕੋਲੇ ਸਾਡਾ ਨੰਬਰ ਆ ਗਿਆ, ਠੀਕ ਹੈ ਜੀ। ਇਹ ਤਾਂ ਕੁਛ 15,000 ਰੁਪਏ ਸੇਵਾ ਹੋਵੇ, ਤੇ ਆ ਇਹ ਤੋਂ ਬਿਨਾ ਤੁਸੀਂ ਥੋੜੀ ਜਿਹੀ ਆਪਦੀ ਦਵਾਈ ਬੂਟੀ ਲੈ ਦਿਓ, ਕੁਛ 2500 ਰੁਪਈਆ ਤੁਸੀਂ ਇਹਦੀ ਆਪਦੀ ਲੱਗ ਤੋਂ ਦਵਾਈ ਬੂਟੀ ਲੈਣੀ, ਠੀਕ ਹੈ ਜੀ। ਸਤਿ ਵਚਨ ਵਾਹਿਗੁਰੂ ਜੀ। ਖੁਸ਼ ਹੋ ਤੁਸੀਂ? ਹਾਂਜੀ, ਤੁਸੀਂ ਬਹੁਤ ਮਿਹਰ ਕੀਤੀ ਮੇਰੇ ਤੇ ਆ ਕੇ ਜੀ। ਮੇਹਰ, ਚਲੋ ਧੰਨਵਾਦ ਤੁਹਾਡਾ, ਦੋਨੋਂ ਹੱਥ ਜੋੜ ਕੇ। ਚਲੋ ਧੰਨਵਾਦ ਗੁਰੂ ਕੀ ਸੰਗਤ ਦਾ ਕਰਦੇ, ਉਹਨਾਂ ਦੇ ਸਿਰੋਂ ਹੀ ਅਸੀਂ ਵੀ ਕਾਰਜ ਕਰਦੇ ਹਾਂ, ਸੰਸਥਾ ਚਲਾਉਂਦੇ ਹਾਂ। ਸਮੂਹ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜੋ ਅੱਜ ਮੇਰੇ ਕੋਲ ਗੁਰੂ ਕੇ ਲਾਡਲੀਆਂ ਫੌਜਾਂ ਨੇ ਅੰਗ ਸਿੰਘ ਪਹੁੰਚੇ ਹਨ ਸ੍ਰੀ ਆਨੰਦਪੁਰ ਸਾਹਿਬ ਤੋਂ। ਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਵੀ ਇਸੇ ਤਰ੍ਹਾਂ ਹੀ ਗੁਰਸਿੱਖ ਭਰਾ ਉੱਦਮ ਕਰਦੇ ਰਹਿਣ, ਸਾਡੇ ਵਰਗੇ ਜੋ ਗ੍ਰੰਥੀ ਸਿੰਘ ਇੱਧੇ ਰੁਲਦੇ ਫਿਰਦੇ ਹੈ ਉਹਨਾਂ ਨੂੰ ਕੋਈ ਸਹਾਰਾ ਲੱਗ ਸਕੇ। ਗੁਰੂ ਕੇ ਸਿੱਖਾਂ ਦੀ ਆਓ ਸਾਰੇ ਰਲ ਮਿਲ ਕੇ ਬਾਂਹ ਫੜੀਏ, ਕਿਉਂਕਿ ਜੇ ਅਸੀਂ ਖੁਦ ਆਰਥਿਕ ਪੱਖੋਂ ਤਗੜੇ ਹੋਵਾਂਗੇ ਤਾਂ ਹੀ ਅਸੀਂ ਦੂਜਿਆਂ ਦੀ ਮਦਦ ਕਰਨ ਦਾ ਫਾਇਦਾ ਹੈ।
ਸੋ ਆਪਦਿਆਂ ਦੀ ਪਹਿਲਾਂ ਅਸੀਂ ਪਹਿਲ ਦੇ ਆਧਾਰ ਤੇ ਮਦਦ ਕਰੀਏ। ਸੋ ਧੰਨਵਾਦੀ ਆ ਤੁਹਾਡੇ ਸਾਰਿਆਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਬਾਬਾ ਜੀ, ਤੁਸੀਂ ਧਿਆਨ ਰੱਖਣਾ ਆਪਣਾ।